संयुक्त किसान मोर्चे दे सदे ते अज देश भर दे किसान राज्यां दे राजपालां नूं मंग पत्र देणगे। पंजाब दे राजपाल नूं मंग पत्र सौंपण लई पंजाब दे किसान पिंडां तों आपो अपने वाहनां विच चंडीगढ़ लई रवाना होए। किसान अंदोलन की समाप्ति मौके केंद्र सरकार वल्लों मन्नियां मंगां नूं लागू ना करन कारण गुस्सा। किसान अंदोलन की समाप्ति मौके केंद्र सरकार वल्लों मन्नियां मंगां नूं लागू ना करन कारण गुस्सा। एमएसपी की गारंटी लेके रहेंगे। मोदी जी पंजाब सरकार मुर्दाबाद। लखीमपुर खेड़ी नूं इंसाफ दिवाउण एमएसपी गारंटी एक्ट किसानां ते होए परचे रद्द करन ते होर मंगां। केंद्र सरकार खिलाफ मुड़ मोर्चा खोलण दी चेतावनी दित्ती। जिहड़ा असीं अज आ रहे हां संयुक्त मोर्चे दे सद्दे ते सारे भारत दे विच सारे राजपालां नूं मंग पत्र देणे आ, जिहड़ियां कि साडियां चार मंगां पंज रहिंदियां दिल्ली दियां। एमएसपी दा मसला है, केसां वाला मसला है, ते लखमीरपुर खीरी दे कतलकांडां नूं सज़ा दिवाउण दा मसला है, ते जिहड़े साडे जेल च नौजवान नूं रिहा कराउण दा मसला है। ਉਹ ਸਾਰੀਆਂ ਮੰਗਾਂ ਲੈ ਕੇ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਰਿਆਂ ਰਾਜਪਾਲਾਂ ਨੂੰ ਅੱਜ ਮੰਗ ਪੱਤਰ ਦੇਣੇ ਆ। ਅਸੀਂ ਅੱਜ ਮੰਗ ਪੱਤਰ ਹੀ ਦੇਣੇ ਆ। ਅਸੀਂ ਅੱਜ ਇੱਕ ਦਿਨ ਦਾ, ਇੱਕ ਤੋਂ ਬਾਅਦ ਅਸੀਂ ਤਿਆਰੀ 'ਚ ਆ। ਅਸੀਂ ਸਰਕਾਰ ਨੂੰ ਇਹ ਦੱਸਣ ਵਾਲੇ ਮੰਗ ਪੱਤਰ ਤਾਂ ਇਕੱਲੇ ਆਗੂ ਵੀ ਜਾ ਕੇ ਦੇ ਸਕਦੇ ਸੀ, ਸਾਰੀਆਂ ਜਥੇ ਤੇਤੀ ਆ ਗਏ, ਪਰ ਅਸੀਂ ਸਰਕਾਰ ਨੂੰ ਦੱਸਣ ਜਾ ਰਹੇ ਹਾਂ ਵੀ ਅਸੀਂ ਜਿਹੜਾ ਦਿੱਲੀ ਲੋਕ ਇਕੱਠੇ ਸੀ ਅੱਜ ਉਹ ਇਕੱਠੇ ਆ, ਅਤੇ ਵਿੱਚੇ ਸਾਥੀ ਗ੍ਰਾਹਾਂ ਵਿੱਚੇ ਸਾਰੀਆਂ ਜਥੇ ਵਿੱਚ ਤੇਤੀਆਂ ਤੇਤੀ ਇੱਕ ਆ, ਅਤੇ ਅਸੀਂ ਇਹ ਮੋਰਚੇ ਨੂੰ ਅੱਜ ਤਾਂ ਦੱਸਣ ਵਾਸਤੇ ਜਿਹੜਾ ਟ੍ਰੇਲਰ ਆ ਸਾਡਾ, ਇਦੂ ਬਾਅਦ ਜਦੋਂ ਸਾਡੀ ਸੰਯੁਕਤ ਮੋਰਚੇ ਦੀ ਕਾਲ ਆਈ ਅਸੀਂ ਪੱਕਾ ਮੋਰਚਾ ਵੀ ਲਾਵਾਂਗੇ ਅਤੇ ਸਰਕਾਰ ਦੇ ਨਾਕੇ ਦਮ ਲੈ ਕੇ ਆਪਣੀਆਂ ਮੰਗਾਂ ਮਨਾਵਾਂਗੇ। ਬਰਨਾਲੇ ਜ਼ਿਲ੍ਹੇ 'ਚੋਂ 30 ਤੋਂ 35 ਬੱਸਾਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਦੇਸ਼ ਭਰ ਦੇ ਰਾਜਾਂ ਦੇ ਰਾਜਪਾਲਾਂ ਨੂੰ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਜਾਣੇ ਹਨ। ਖੇਤੀ ਕਾਨੂੰਨਾਂ ਲਈ ਸੰਘਰਸ਼ ਅਤੇ ਅੰਤ ਵਿੱਚ ਕੇਂਦਰੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਸਨ, ਪਰ ਅੱਜ ਤੱਕ ਉਹਨਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਮੰਗਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ, ਕਾਨੂੰਨ ਦੀ ਗਾਰੰਟੀ, ਕਿਸਾਨਾਂ ਖਿਲਾਫ਼ ਦਰਜ ਪੁਲਿਸ ਕੇਸ ਰੱਦ ਕਰਨ, ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਮੇਤ ਹੋਰ ਅਹਿਮ ਮੰਗਾਂ ਸ਼ਾਮਲ ਹਨ। ਉਹਨਾਂ ਕਿਹਾ ਕਿ ਯੂਨਾਈਟਿਡ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਇਹਨਾਂ ਮੰਗਾਂ ਦੀ ਪੂਰਤੀ ਲਈ ਮੁੜ ਸੰਘਰਸ਼ ਕਰਨ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਮੰਗ ਪੱਤਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕੱਲੇ ਹੀ ਦਿੱਤਾ ਜਾ ਸਕਦਾ ਸੀ, ਪਰ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣ ਲਈ ਕਿਹਾ ਕਿ ਕਿਸਾਨ ਅਜੇ ਵੀ ਇਕਜੁੱਟ ਹਨ। ਇਸ ਪ੍ਰੋਗਰਾਮ ਵਿੱਚ ਪਿੰਡਾਂ ਦੇ ਲੱਖਾਂ ਕਿਸਾਨ ਸ਼ਾਮਲ ਹੋਣਗੇ। ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪਹਿਲਾਂ ਵਾਂਗ ਕਿਸਾਨ ਮੋਰਚਾ ਮੁੜ ਸ਼ੁਰੂ ਕਰਨ ਲਈ ਮਜਬੂਰ ਹੋ ਜਾਣਗੇ। ਅੱਜ ਸੰਯੁਕਤ ਮੋਰਚੇ ਦੇ ਸੱਦੇ 'ਤੇ ਜੋ ਪਿਛਲੀ ਤਰੀਕ ਨੂੰ ਮੀਟਿੰਗ ਹੋਈ ਸੀ ਸਾਰੀਆਂ ਭਾਰਤ ਦੀਆਂ ਜਥੇਬੰਦੀਆਂ ਅਤੇ ਪੰਜਾਬ ਦੀਆਂ ਜਥੇਬੰਦੀਆਂ, ਜੋ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਅੰਦੋਲਨ ਲੜਿਆ, ਉਦੋਂ ਸਰਕਾਰ ਨੇ ਕਿਹਾ ਸੀ ਵੀ MSP ਦੀ ਗਾਰੰਟੀ, ਕਿਸਾਨਾਂ 'ਤੇ ਜਿੰਨੇ ਪਰਚੇ ਨੇ ਉਹ ਰੱਦ ਕਰਾਂਗੇ। ਜੋ ਲਖੀਮਪੁਰ ਖੀਰੀ ਦੇ ਵਿੱਚ ਉਹ ਅਮਰ ਮਿਸਰਾ ਜੋਸ਼ੀ ਆ ਕਿਸਾਨਾਂ ਦਾ, ਉਹਦੇ ਪਰਚਾ ਦਰਜ ਕਰਾਂਗੇ। ਉਹ ਸਾਰੀਆਂ ਗੱਲਾਂ ਤੋਂ ਭੱਜ ਗਈ ਸਰਕਾਰ, ਉਹਦਾ ਕਰਕੇ ਅੱਜ ਅਸੀਂ ਗਵਰਨਰ ਨੂੰ ਮੰਗ ਪੱਤਰ ਦੇ ਰਹੇ ਹਾਂ। ਆਉਂਦੇ ਦਿਨਾਂ ਦੇ ਵਿੱਚ ਸਿਰ ਵੱਢਵੀਂ ਲੜਾਈ ਆ ਸਰਕਾਰ ਦੇ ਨਾਲ ਸਾਡੀ, ਜੇ ਸਾਡੀਆਂ ਨਾ ਮੰਗਾਂ ਪੂਰੀਆਂ ਕਰੀਆਂ। ਇਹ ਦਿੱਲੀ ਵਾਂਗੂ ਜੇ ਕੁਛ ਨਾ ਸਰਕਾਰ ਨੇ ਗੱਲ ਸੁਣੀ, ਆਉਂਦੇ 24 ਦੇ ਵਿੱਚ ਵੋਟਾਂ ਨੇ, ਵੋਟਾਂ ਦਾ ਕਰਕੇ ਅਸੀਂ ਵੱਡਾ ਇਕੱਠ ਕਰਕੇ ਸਰਕਾਰ ਨੂੰ ਇੱਕ ਚੇਤਾਵਨੀ ਦਿੰਦੇ ਹਾਂ ਵੀ ਇਹ ਨਾ ਸਾਡੀਆਂ MSP ਸਾਰੀਆਂ ਚੀਜ਼ਾਂ 'ਤੇ ਦਿੱਤੀ, ਜੋ ਸਾਰੇ ਭਾਰਤ ਦੇ ਕਿਸਾਨਾਂ, ਨਾ ਉਹਨਾਂ ਦਾ ਕਰਜ਼ਾ ਮਾਫ਼ ਕਰਿਆ, ਜੋ ਵੀ ਮੰਗਾਂ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ ਨਾ ਪੂਰੀਆਂ ਕਰੀਆਂ, ਤਾਂ ਆਉਂਦੇ ਦਿਨਾਂ ਦੇ ਵਿੱਚ ਵੱਡੀ ਲੜਾਈ ਆ ਸਰਕਾਰ ਦੇ ਨਾਲ ਸਾਰੇ ਭਾਰਤ ਦੇ ਲੋਕਾਂ ਨੂੰ। ਜਿਵੇਂ ਅੱਗੇ ਅਸੀਂ 13 ਮਹੀਨੇ ਸਾਰੇ ਲੋਕਾਂ ਦਾ ਸਹਿਯੋਗ ਲੈ ਕੇ ਮੋਰਚਾ ਲਾਇਆ, ਉਵੇਂ ਜਿੱਕਰੀ ਮੋਰਚਾ ਦੁਬਾਰੇ ਲਾ ਰਹੇ ਹਾਂ। ਮੰਨ ਲਓ ਵੀ ਘੱਟੋ ਘੱਟ 1.5 ਲੱਖ 2 ਲੱਖ ਦੇ ਤਕਰੀਬ ਉੱਥੇ ਇਕੱਠ ਹੋ ਸਕਦਾ ਗਾ, ਚਾਹ ਪਾਣੀ ਦਾ ਪ੍ਰਬੰਧ ਆ, ਵੱਧ ਤੋਂ ਵੱਧ ਕਿਸਾਨ ਨੌਜਵਾਨ ਉੱਥੇ ਵੱਡੀ ਪੱਧਰ 'ਤੇ ਜਾ ਰਹੇ ਆ। ਆ ਸਾਡੀ VKU ਗ੍ਰਾਹਾਂ ਦੀਆਂ ਹਰੇਕ ਪਿੰਡ ਦੇ ਵਿੱਚੋਂ ਬੱਸਾਂ ਜਾ ਰਹੀਆਂ, ਉਹ ਪਹਿਲਾਂ ਹੀ ਗ੍ਰਾਹਾਂ ਸਾਹਿਬ ਨੇ ਉੱਥੇ ਪ੍ਰਣਾਲੀ ਕਹਿ ਦਿੱਤਾ ਸੀ ਵੀ ਹਰ ਪਿੰਡ ਦੇ ਵਿੱਚੋਂ ਬੱਸ ਹੋਣੀ ਚਾਹੀਦੀ ਆ, ਤੁਹਾਡਾ ਵਹੀਕਲ ਨਹੀਂ ਹੋਣਾ ਚਾਹੀਦਾ।